ਹਲਕਾ ਮਜੀਠਾ ਦੇ ਪਿੰਡ ਅਬਦਾਦਥੇ ਵਿੱਚੋਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚਾ ਪਾਰਟੀ ਵੱਲੋਂ ਇੱਕ ਹੰਗਾਮੀ ਮੀਟਿੰਗ ਰੱਖੀ ਗਈ ਜਿਸ ਵਿੱਚ ਨਿਰਮਲ ਸਿੰਘ ਬੌਂਸਰ ਚੀਫ ਕੋਆਰਡੀਨੇਟਰ ਨੇ ਪੰਜਾਬ ਦੇ ਜੀਵਨ ਸਿੰਘ ਨੂੰ ਚੇਅਰਮੈਨ ਅਤੇ ਸੰਦੀਪ ਸਿੰਘ ਨੂੰ ਜਨਰਲ ਸੈਕਟਰੀ ਅਤੇ ਗੁਰਦਿਆਲ ਸਿੰਘ ਨੂੰ ਪ੍ਰਧਾਨ ਹਾਰ ਪਾ ਕੇ ਨਿਯੁਕਤ ਕੀਤਾ। ਇਸ ਸਮੇਂ ਬਲਵਿੰਦਰ ਸਿੰਘ ਸੌਤਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸੁਰਿੰਦਰ ਕੁਮਾਰ ਬਿੱਲੂ ਉਪ ਪ੍ਰਧਾਨ ਪੰਜਾਬ, ਕਸ਼ਮੀਰ ਸਿੰਘ ਸੌਤਾ ਮੀਡੀਆ ਸਕੱਤਰ, ਰਾਜਵਿੰਦਰ ਕੌਰ ਮਹਿਲਾ ਵਿੰਗ ਪ੍ਰਧਾਨ, ਸੰਨੀ ਜੰਜੋਰੀਆ ਮੀਡੀਆ ਸਕੱਤਰ ਆਦਿ ਹਾਜ਼ਰ ਸਨ। ਸਤਿ ਸ਼੍ਰੀ ਅਕਾਲ ਜੀ, ਸ਼ੁਭ ਨਾਮ ਬਾਬਾ ਜੀ। ਜੀਵਨ ਸਿੰਘ। ਜੀਵਨ ਸਿੰਘ ਜੀ, ਜੋ ਆਪਣੇ ਨੂੰ ਸਨਮਾਨ ਬਖਸ਼ਿਆ ਗਿਆ ਪ੍ਰਧਾਨਗੀ ਦਾ, ਤਾਂ ਕੀ ਮਹਿਸੂਸ ਕਰਦੇ ਤੁਸੀਂ? ਸਰ ਬਹੁਤ ਵਧੀਆ, ਅੱਜ ਦਾ ਮੈਨੂੰ ਇਤਿਹਾਸ ਲੱਗਾ ਸਰ ਕਿ ਮੈਨੂੰ ਬਹੁਤ ਜ਼ਿਆਦਾ ਇਹਨਾਂ ਗੱਲਾਂ 'ਚ ਸਿਆਣਾ ਕਿ ਜੋ ਅੱਜ ਸਾਡਾ ਡਾਕਟਰ ਅੰਬੇਦਕਰ ਸਾਹਿਬ ਅਤੇ ਕਹਿਣ 'ਤੇ ਪ੍ਰਧਾਨ 'ਤੇ ਆਪਾਂ ਚੱਲਦੇ ਹਾਂ, ਜੋ ਵੀ ਇਹਨਾਂ ਨੇ ਸਾਨੂੰ ਧਿਕਾਰ ਸੋਚਿਆ ਸਾਡੇ ਐਸੀ ਕੋਟੇ ਵਾਸਤੇ, ਬਹੁਤ ਹੀ ਵਧੀਆ ਸੋਚਿਆ। ਜੋ ਵੀ ਇਹਨਾਂ ਨੇ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਨੇ ਉਹ ਸਾਡੇ ਵਾਸਤੇ, ਐਸੀ ਕੋਟੇ ਵਾਸਤੇ ਇਹਨਾਂ ਕੁਰਬਾਨੀਆਂ ਦੇ ਕੇ ਅੱਜ ਸਾਨੂੰ ਦੇਸ਼ ਦੇ ਅੱਗੇ ਲਿਆ ਕੇ ਖਿਲਾਰ ਛੱਡਿਆ। ਜੇ ਸਾਨੂੰ ਖਿਲਾਰਿਆ ਉਹਨਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਚੱਲਣਾ ਚਾਹੀਦਾ, ਕਿਉਂਕਿ ਬਹੁਤ ਸੋਹਣਾ ਪ੍ਰਚਾਰ ਜੋ ਵੀ ਸਾਨੂੰ ਅਧਿਕਾਰ ਅੱਜ ਮਿਲਿਆ ਕਿ ਸਾਡੇ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਸੌਂਪਿਆ, ਜੋ ਵੀ ਸਾਨੂੰ ਸੌਂਪਿਆ ਗਿਆ ਅਸੀਂ ਤਨ ਦੇਹ ਦੇ ਨਾਲ ਮਾਣ ਸਿਰਤ ਦੇ ਨਾਲ ਪਾਵਾਂਗੇ। ਆਪਣੇ ਪ੍ਰਧਾਨ ਸਾਹਿਬ ਦਾ ਮਾਣ ਸਤਿਕਾਰ ਰੱਖ ਕੇ ਬਿਲਕੁਲ ਸੱਚਾਈ 'ਤੇ ਚੱਲਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸ਼ੁਭ ਨਾਮ ਵੀਰ ਜੀ। ਸਰ ਮੇਰਾ ਨਾਮ ਸ਼ੁਭ ਨਾਮ ਬਲਵਿੰਦਰ ਸਿੰਘ। ਵੀਰ ਜੀ, ਜੋ ਸ਼ਹਿਰੀ ਪ੍ਰਧਾਨ ਲਾਇਆ ਗਿਆ ਤੁਹਾਨੂੰ, ਠੀਕ ਹੈ, ਕੀ ਮਹਿਸੂਸ ਕਰਦੇ? ਸਰ ਮੈਂ ਬਹੁਤ ਸੋਹਣਾ ਮਹਿਸੂਸ ਕਰ ਰਿਹਾ, ਮੈਨੂੰ ਜੋ ਪ੍ਰਧਾਨ ਸਾਹਿਬ ਜੀ ਨੇ ਮਾਣ ਬਖਸ਼ਿਆ ਬਹੁਤ ਵਧੀਆ ਲੱਗਾ, ਪ੍ਰਧਾਨ ਸਾਹਿਬ ਜੀ ਨੂੰ ਮਿਲ ਕੇ ਮਾਣ ਬਖਸ਼ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਭ ਨਾਮ ਜੀ। ਜੀ ਮੈਂ ਨਿਰਮਲ ਸਿੰਘ ਬਕਸਰ, ਹਾਂਜੀ, ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਦਾ ਚੀਫ ਕੋਆਰਡੀਨੇਟਰ ਪੰਜਾਬ, ਜੋ ਅੱਜ ਕੇ ਮੈਨੂੰ ਬਾਬਾ ਜੀਵਨ ਸਿੰਘ ਜੀ ਨੇ ਇਹਨਾਂ ਕੁਛ ਪ੍ਰੋਬਲਮ ਦੀਆਂ ਵਜ੍ਹਾ ਦੇ ਨਾਲ ਇੱਥੇ ਸੱਦਿਆ ਵਾ, ਇਹਨਾਂ ਨੂੰ ਮੋਰਚੇ ਦੇ ਵਿੱਚ ਇਹਨਾਂ ਨੂੰ ਪਾਵਰ ਵੀ ਦਿੱਤੀ ਆ। ਉਸ ਤੋਂ ਬਾਅਦ ਜੋ ਕਰੋਨਾ ਵਾਇਰਸ ਦੀ ਬਿਮਾਰੀ ਚੱਲੀ, ਅੱਜ ਤਕਰੀਬਨ 2 ਮਹੀਨੇ ਦਾ ਸਮਾਂ ਹੋ ਗਿਆ ਵਾ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨੇ ਮੁਸ਼ਕਲਾਂ ਦੇ ਵਿੱਚ ਇੱਕ ਸਮਾਜ ਨੂੰ ਬਚਾਇਆ। ਉਸ ਤੋਂ ਬਾਅਦ ਮੈਂ ਡਾਕਟਰਾਂ ਦਾ ਧੰਨਵਾਦ ਕਰਦਾ, ਇਹਨਾਂ ਸਰਕਾਰਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਪਰ ਮਨਦੀਪ ਸਿੰਘ ਦੇ ਨਾਲ ਸੋਨੂੰ ਖਾਨਕੋਟ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਅੰਮ੍ਰਿਤਸਰ।